ਵਾਲਾ ਪੰਜਾਬ ਦੇਖਣ ਦੀ ਇੱਛਾ ਰੱਖਣ ਵਾਲੇ ਜਿਹੜੇ ਸੱਜਣ ਸਾਡੇ ਬਜ਼ੁਰਗ ਵੀ ਨੇ, ਵਿੱਚ ਨੌਜਵਾਨ ਮੁੰਡੇ ਵੀ ਨੇ, ਉਹ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ। ਇੱਕ ਟੀਮ ਬਣਾ ਕੇ ਲੜੀਏ, ਕਿਉਂਕਿ ਟੀਮ ਵਰਕ ਹੈ। ਇੱਕ ਇਕੱਲਾ ਕੋਹਲੀ ਸੈਂਚਰੀ ਲਾ ਦੇ, ਉਹਦੇ ਨਾਲ ਨਹੀਂ ਮੈਚ ਜਿੱਤਦਾ, ਨਾਲ ਤੁਹਾਨੂੰ ਕੋਈ ਬਾਕੀ ਪਲੇਅਰ ਅਤੇ ਬੋਲਰ ਅਤੇ ਫੀਲਡਰ ਵੀ ਚਾਹੀਦੇ ਹੁੰਦੇ, ਇੱਕ ਟੀਮ ਜਿੱਤਦੀ ਹੁੰਦੀ ਹੈ। ਸੋ ਸਾਡੀ ਟੀਮ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੀ ਅੱਜ ਹੋਰ ਬਹੁਤ ਸਟਰੋਂਗ ਹੋਈ ਹੈ। ਪਾਰਟੀ ਆਮ ਆਦਮੀ ਪਾਰਟੀ ਇਨਕਲਾਬ ਆਮ ਆਦਮੀ ਪਾਰਟੀ ਨੂੰ ਪਿਛਲੇ ਕੁਝ ਦਿਨਾਂ ਤੋਂ ਪੁਰਾਣੇ ਸਾਥੀਆਂ ਦਾ ਸਾਥ ਮਿਲਣ ਲੱਗਿਆ। ਪਹਿਲਾਂ ਗੜਸ਼ੰਕਰ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪ 'ਚ ਮੁੜ ਤੋਂ ਐਂਟਰੀ ਮਾਰੀ ਅਤੇ ਉਸ ਤੋਂ ਬਾਅਦ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਦੇ ਆਪ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। ਅਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਵਰਕਰ ਵੀ ਆਪ ਵਿੱਚ ਵਾਪਸੀ ਕਰਨ ਲੱਗੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਨੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਮੁੜ ਤੋਂ ਪਾਰਟੀ ਦੀ ਮੈਂਬਰਸ਼ਿਪ ਕਬੂਲ ਕਰ ਲਈ ਹੈ। ਇਸ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪਾਰਟੀ ਇੱਕ ਵਾਰ ਫਿਰ ਤੋਂ ਮਜ਼ਬੂਤ ਹੋਣ ਲੱਗੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪ ਨੂੰ ਵੱਡਾ ਬਹੁਮਤ ਹਾਸਲ ਹੋਵੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਇਸ ਵਕਤ ਮੈਂ ਸੰਗਰੂਰ ਦੇ ਦਫ਼ਤਰ ਦੇ ਵਿੱਚ ਹਾਂ। ਸਾਡੇ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਉਹ ਅੱਜ ਆਏ ਨੇ ਇੱਥੇ, ਅਤੇ ਗੁਰਵਿੰਦਰ ਸਿੰਘ ਢਿੱਲੋਂ ਜੀ ਅਤੇ ਅਮਲੋਹ ਤੋਂ ਅਤੇ ਫਤਿਹਗੜ੍ਹ ਸਾਹਿਬ ਤੋਂ ਬਹੁਤ ਸਾਰੇ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ, ਪੰਜਾਬ ਦਾ ਦਰਦ ਰੱਖਣ ਵਾਲੇ ਅਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਦੇਖਣ ਦੀ ਇੱਛਾ ਰੱਖਣ ਵਾਲੇ ਜਿਹੜੇ ਸੱਜਣ ਸਾਡੇ ਬਜ਼ੁਰਗ ਵੀ ਨੇ, ਵਿੱਚ ਨੌਜਵਾਨ ਮੁੰਡੇ ਵੀ ਨੇ, ਉਹ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ। ਅਤੇ ਕਿਉਂਕਿ ਆਮ ਆਦਮੀ ਪਾਰਟੀ ਹੈ, ਇਸ ਕਰਕੇ ਆਮ ਆਦਮੀ ਸਾਡੇ ਕੋਲ ਜਿੰਨੇ ਆਉਂਦੇ ਨੇ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ। ਸੋ ਇਹਨਾਂ 'ਚੋਂ ਹੀ ਲੀਡਰ ਨਿਕਲਣਗੇ ਫਿਰ। ਸੋ ਮੈਂ ਸਾਰਿਆਂ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰਿਆਂ ਦਾ ਤੁਹਾਡਾ ਸਵਾਗਤ ਕਰਦਾ ਜੀ, ਵੈਲਕਮ ਤੁਹਾਡਾ। ਅਤੇ ਇਕੱਠੇ ਕੰਮ ਕਰਾਂਗੇ, ਮਿਲ ਕੇ ਕੰਮ ਕਰਾਂਗੇ, ਕਿਉਂਕਿ ਇਸ ਵਕਤ ਲੋੜ ਹੈ। ਔਰ ਦਿੱਲੀ ਦੇ ਵਿੱਚ ਮੈਂ ਪਾਰਲੀਮੈਂਟ ਹੁਣ ਜਾ ਕੇ ਆਇਆ ਅਤੇ ਦਿੱਲੀ ਦਾ ਜਿਹੜਾ ਮਾਹੌਲ ਹੈ ਉਹ ਆਮ ਆਦਮੀ ਪਾਰਟੀ ਦੇ ਬਿਲਕੁਲ ਹੱਕ 'ਚ, ਦਿੱਲੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਰਿਪੀਟ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ 14 ਫਰਵਰੀ ਤੋਂ ਪਹਿਲਾਂ ਬਣ ਜਾਣੀ ਹੈ। ਅਤੇ ਬਾਕੀ ਇੱਥੇ ਆਪਾਂ ਨੂੰ ਮਿਹਨਤ ਦੀ ਲੋੜ ਹੈ, ਹੋਰ ਵੀ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਸਾਨੂੰ। ਹਾਂਜੀ ਹਾਂਜੀ, ਹਾਂ ਮੈਨੂੰ ਪਤਾ ਜਾਣ। ਸੋ ਸਾਡੇ ਆਪਣੀ ਨੇ, ਸਾਰੇ ਜਾਣਦੇ ਨੇ ਕਿਵੇਂ ਕੰਮ ਕਰੀਦਾ ਪਾਰਟੀ ਦੇ ਕਲਚਰ ਦਾ। ਸੋ ਕਈ ਵਾਰੀ ਥੋੜਾ ਜਿਹਾ ਹੋ ਜਾਂਦਾ ਹੈ ਮਨ ਮੁਟਾਵ। ਸੋ ਮਨ ਮੁਟਾਵ ਦੂਰ ਕਰਕੇ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਸਾਡੇ ਛੋਟੇ ਮੋਟੇ ਜਿਹੜੇ ਸ਼ਿਕਵੇ ਨੇ ਇਹ ਬਹੁਤ ਛੋਟੇ ਨੇ, ਪੰਜਾਬ ਦੇ ਹਿੱਤ ਬਹੁਤ ਵੱਡੇ ਨੇ। ਸੋ ਅੱਜ ਪੰਜਾਬ ਜਿਸ ਦਲਦਲ ਦੇ ਵਿੱਚ ਫਸਿਆ ਹੋਇਆ, ਭਾਵੇਂ ਉਹ ਰੇਤ ਮਾਫੀਆ, ਭਾਵੇਂ ਉਹ ਗੈਂਗਸਟਰ ਹੈ, ਭਾਵੇਂ ਉਹ ਆ ਜਿਹੜਾ ਇਹਨਾਂ ਦਾ ਚਲਾਈਆਂ ਹੋਈਆਂ ਬੱਸ ਮਾਫੀਆ, ਜੋ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ, ਕਿਉਂ ਕਿਵੇਂ ਉਹਨਾਂ ਨੂੰ ਆਪਾਂ ਆਪਣੇ ਵਤਨ ਦੀ ਧਰਤੀ ਨਾਲ ਹੀ ਜੋੜ ਕੇ ਰੱਖੀਏ, ਇੱਥੇ ਉਹਨਾਂ ਨੂੰ ਰੋਜ਼ਗਾਰ ਮਿਲੇ, ਇੱਥੇ ਉਹਨਾਂ ਨੂੰ ਆਪਦਾ ਭਵਿੱਖ ਦਿਖੇ, ਤਾਂ ਸ਼ਾਇਦ ਉਹ ਨਾ ਜਾਣ, ਕਿਉਂਕਿ ਇੱਥੇ ਉਹਨਾਂ ਨੂੰ ਹੁਣ ਹਨੇਰਾ ਦਿਸ ਰਿਹਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ ਕਿ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਇੱਕ ਹੋ ਕੇ, ਇਕੱਠੇ ਹੋ ਕੇ ਲੜੀਏ, ਇੱਕ ਟੀਮ ਬਣਾ ਕੇ ਲੜੀਏ, ਕਿਉਂਕਿ ਟੀਮ ਵਰਕ ਹੈ। ਇੱਕ ਇਕੱਲਾ ਕੋਹਲੀ ਸੈਂਚਰੀ ਲਾ ਦੇ, ਉਹਦੇ ਨਾਲ ਨਹੀਂ ਮੈਚ ਜਿੱਤਦਾ, ਨਾਲ ਤੁਹਾਨੂੰ ਕੋਈ ਬਾਕੀ ਪਲੇਅਰ ਅਤੇ ਬੋਲਰ ਅਤੇ ਫੀਲਡਰ ਵੀ ਚਾਹੀਦੇ ਹੁੰਦੇ, ਇੱਕ ਟੀਮ ਜਿੱਤਦੀ ਹੁੰਦੀ ਹੈ। ਸੋ ਸਾਡੀ ਟੀਮ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੀ ਅੱਜ ਹੋਰ ਬਹੁਤ ਸਟਰੋਂਗ ਹੋਈ ਹੈ, ਪੰਜਾਬ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਉਹ ਸਟਰੋਂਗ ਹੋਈ ਹੈ। ਸੋ ਸਾਰਿਆਂ ਨੂੰ ਮੈਂ ਵੈਲਕਮ ਕਰਦਾ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ।
ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਪ ਦੀ ਟਿਕਟ ਤੇ ਹਰਿੰਦਰ ਸਿੰਘ ਖਾਲਸਾ ਦੀ ਜਿੱਤ ਹੋਈ ਸੀ, ਪਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰਨ ਤੋਂ ਬਾਅਦ ਪਾਰਟੀ ਦੇ ਕੁਝ ਵਰਕਰ ਆਪ ਲੀਡਰਸ਼ਿਪ ਨਾਲ ਨਾਰਾਜ਼ ਹੋ ਗਏ ਸੀ। ਇਸ ਦੌਰਾਨ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੁੱਲੋ ਦੀ ਪਤਨੀ ਅਤੇ ਉਹਨਾਂ ਦੇ ਪੁੱਤਰ ਨੇ ਆਮ ਆਦਮੀ ਦਾ ਪੱਲਾ ਜਾ ਫੜਿਆ ਸੀ, ਜਿਸ ਕਾਰਨ ਹਲਕੇ ਵਿਚ ਆਪ ਦਾ ਪ੍ਰਭਾਵ ਮੁੜ ਤੋਂ ਵਧਣ ਲੱਗਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਵੱਡੇ ਲੀਡਰਾਂ ਤੋਂ ਬਾਅਦ ਵਰਕਰ ਮੁੜ ਤੋਂ ਆਪ ਵਿੱਚ ਵਾਪਸੀ ਦਾ ਰਾਹ ਖੋਜਣ ਲੱਗੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।